1996 ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਐਕਸੀਡੈਂਟਲ ਡੈਥ ਹੋ ਗਈ ਸੀ। ਉਸ ਟਾਈਮ ਮੇਰੀ ਉਮਰ 12 ਸਾਲ ਸੀ ਤੇ ਮੇਰੀ ਭੈਣ ਦੀ ਉਮਰ 14 ਸਾਲ ਸੀ। ਜਦੋਂ ਇਨਕੀ ਡੈਥ ਹੋਈ ਉਦੋਂ ਮੈਨੂੰ ਬਹੁਤ ਜ਼ਿਆਦਾ ਝਟਕਾ ਲੱਗਾ, ਬਹੁਤ ਪਰੇਸ਼ਾਨੀ ਆਈ। ਮੈਂ ਇੱਕਦਮ ਹੱਲ ਲੱਗੀ, ਮੈਨੂੰ ਐਂ ਲੱਗਿਆ ਜਿਵੇਂ ਕੋਈ ਪਹਾੜ ਟੁੱਟ ਪਿਆ ਹੋਵੇ ਮੇਰੇ ਉੱਪਰ। ਇੰਨੀ ਮੁਸ਼ਕਲ ਆਈ ਕਿ ਮੈਂ ਆਪਦੇ ਬੱਚੇ ਪਾਲੂੰ ਜਾਂ ਮੈਂ ਆਪਣਾ ਆਪ ਸੰਭਾਲੂੰ। ਘਰ ਦਾ ਖਰਚਾ ਪੂਰਾ ਕਰਨ ਲਈ ਮੈਂ 10th ਤੋਂ ਬਾਅਦ ਮੋਬਾਈਲਾਂ ਦੀ ਦੁਕਾਨ 'ਤੇ ਲੱਗ ਗਿਆ, ਜਿੱਥੇ 2 ਤੋਂ 3 ਹਜ਼ਾਰ ਰੁਪਈਆ ਮੈਨੂੰ ਮਹੀਨੇ ਦੀ ਕਮਾਈ ਹੁੰਦੀ ਸੀ। ਫਿਰ ਵੀ ਸਾਡੇ ਘਰ ਦਾ ਖਰਚਾ ਪੂਰਾ ਨਹੀਂ ਹੋ ਪਾ ਰਿਹਾ ਸੀ। ਹੌਲੀ ਹੌਲੀ ਮੈਂ ਆਪਣੀ ਕਮਾਈ ਵਿੱਚੋਂ 5000 ਰੁਪਈਏ ਜੋੜੀ, ਜਿਸ ਵਿੱਚ ਮੈਂ ਮੋਬਾਈਲ ਰੀਚਾਰਜ ਦਾ ਕੰਮ ਸ਼ੁਰੂ ਕਰ ਦਿੱਤਾ। ਇੱਕ ਦਿਨ ਮੈਂ ਰੀਚਾਰਜ ਦੀ ਪੇਮੈਂਟ ਜਮ੍ਹਾਂ ਕਰਵਾਉਣ ਬੈਂਕ ਗਿਆ। ਉੱਥੇ ਮੈਨੂੰ ਮੈਨੇਜਰ ਸਾਹਿਬ ਮਿਲੇ, ਜਿਨ੍ਹਾਂ ਨੇ ਮੈਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਦੱਸਿਆ। ਸਾਰੇ ਕਾਗਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਮੈਨੂੰ 50,000 ਰੁਪਈਏ ਦਾ ਲੋਨ ਸੈਂਕਸ਼ਨ ਹੋ ਗਿਆ। ਉਸ 50,000 ਰੁਪਏ ਨਾਲ ਮੈਂ ਦੁਕਾਨ ਦਾ ਮਾਲ ਖਰੀਦਿਆ, ਜਿਸ ਕਾਰਨ ਮੇਰੇ ਘਰ ਦੀ ਕਮਾਈ ਹੋਰ ਵੱਧ ਗਈ। ਜਦੋਂ ਇਹ ਮੋਬਾਈਲਾਂ ਦੀ ਦੁਕਾਨ 'ਤੇ ਕਮਾਉਂਦਾ ਹੈ ਜੀ, ਅਤੇ ਹੁਣ ਸਾਡੇ 'ਚ ਸੁਧਾਰ ਆਇਆ। ਮੈਂ ਮਹੀਨੇ ਦਾ 10 ਤੋਂ 15 ਹਜ਼ਾਰ ਰੁਪਏ ਕਮਾ ਰਿਹਾ, ਜਿਸ ਨਾਲ ਸਾਡੇ ਘਰ ਦੀਆਂ ਪ੍ਰੋਬਲਮਾਂ ਖਤਮ ਹੋ ਰਹੀਆਂ। ਮੈਨੂੰ ਵੀ ਪੈਸੇ ਲਿਆ ਕੇ ਦਿੰਦਾ ਕਰੇ, ਥੋੜ੍ਹਾ ਬਹੁਤ ਸਾਡਾ ਖਰਚਾ ਸੌਖਾ ਚੱਲਦਾ ਹੈ। ਮੈਂ ਸਰਕਾਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਅਤੇ ਸਾਨੂੰ ਅੱਗੇ ਵਧਣ ਦਾ ਮੌਕਾ ਦਿੱਤਾ।